ਰਾਮ ਤੇਰੇ ਜਿਨ੍ਹਾਂ ਦੇ ਦੁਸ਼ਮਣ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹੈ, ਇੱਕ ਇਮਾਮ ਮੁਹੰਮਦ ਤਕੀ, ਇੱਕ ਮੌਲਾ ਹਸਨ ਬਥੂਨ ਦਾ ਵੱਡਾ ਪੁੱਤਰ, ਜ਼ਹਰਾ ਦੀ ਗੋਦ ਦੀ ਰੌਣਕ ਹੈ, ਜ਼ੈਨਬ ਦਾ ਵੱਡਾ ਵੀਰ ਹੈ, ਅਮੀਰੁਲ ਮੋਮਿਨੀਨ ਦੀ ਦਸਤਾਰ ਦਾ ਵਾਰਿਸ ਹੈ, ਸਰ ਵਿੱਚ ਚਮਨ ਜ਼ੀਨਤ ਜ਼ਮਨ, ਯਾਨੀ ਮੌਲਾ ਹਸਨ। ਕਿਤਨਾ ਪਿਆਰਾ ਬਥੂਨ ਨੂੰ, ਕਿਤਨੀ ਮੁਹੱਬਤ ਆਈ ਭੈਣਾਂ ਨੂੰ। ਇੱਕ ਇਮਾਮ ਮੁਹੰਮਦ ਤਕੀ ਜਵਾਦ ਉਮਰ ਫਜ਼ਲ ਕਮੀਨੀ ਜ਼ਹਿਰ ਦਿੱਤੀ ਹੈ ਕਿ ਜ਼ਹਿਰ ਤੋਂ ਪਹਿਲੇ ਮਨਸੂਬਾ ਬਣਾਇਆ ਸੀ, ਇਮਾਮ ਨੂੰ ਜਿਹੜੇ ਹੁਜਰਤ ਜ਼ਹਿਰ ਦਿੱਤੀ ਸੀ ਉਹਦੇ ਬਾਹਰ ਕਨੀਜ਼ਾਂ ਖੜੀਆਂ ਕੀਤੀਆਂ ਸੀ, ਜਿਹਨਾਂ ਪੈਰਾਂ 'ਚ ਘੁੰਗਰੂ ਪਾਏ ਹੋਏ ਹਨ, ਹੱਥਾਂ ਦੇ ਵਿੱਚ ਆਵਾਜ਼ ਦੇਵਣ ਵਾਲੇ ਸੇਵਾਰਾਂ ਨੇ, ਔਰ ਉਹਨਾਂ ਨੂੰ ਆਖਿਆ ਇੰਤਜ਼ਾਰ ਕਰਿਆ ਹੈ। ਜਦਾਂ ਮੁਹੰਮਦ ਤਕੀ ਜਵਾਬ ਅਤੇ ਜ਼ਹਿਰ ਦਾ ਅਸਰ ਹੋਵੇ ਅਤੇ ਪਾਣੀ ਮੰਗੇ ਤਾਂ ਤੁਸੀਂ ਨੱਚਣਾ ਸ਼ੁਰੂ ਕਰ ਦਿਆ ਤਾਂ ਕਿ ਇਮਾਮ ਦੀ ਆਵਾਜ਼ ਲੋਕਾਂ ਤੱਕ ਨਾ ਪਹੁੰਚੇ। ਦੋ ਮਕਾਮ ਹੀ ਹੋ ਜੈਨ ਜਿੱਥੇ ਆਲੇ ਮੁਹੰਮਦ ਦੇ ਦੁਸ਼ਮਣ ਨੱਚੇ, ਇੱਕ ਇਮਾਮ ਜਵਾਬ ਦੇ ਦਰਵਾਜ਼ੇ 'ਤੇ ਇਹ ਲੌਂਡੀਆਂ ਨੱਚੀਆਂ, ਦੂਆ ਜਦਾਂ ਸ਼ਬੀਰ ਅਕਬਰ ਦਾ ਲਾਸ਼ਾ ਚਾਇਆ ਤਾਂ ਸ਼ਾਮੀ ਨੱਚਿਆ। ਹਰਾਮ ਖੋਰੀ ਬੰਦੇ ਨੂੰ ਇੰਤਹਾਈ ਖਤਰਨਾਕ ਮਰਹਲੇ 'ਤੇ ਲੈ ਜਾਂਦੀ। ਜੋਦਾ ਜ਼ਹਿਰ ਦਿੱਤੀ, 28 ਰਜਬ ਦੀ ਰਾਤ ਆਈ, ਇਮਾਮ ਬਿਸਤਰ ਤੋਂ ਉੱਠੇ, ਜਨਾਬ ਕਾਸਿਮ ਦੀ ਅੰਮਾ ਨੂੰ ਫਰਮਾਇਆ, ਕਾਸਿਮ ਦੀ ਮਾਂ, ਮੈਂ ਨਾਨੇ ਨੂੰ ਮਿਲਣ ਵੈਂਦਾ ਪਿਆ, ਮੇਰਾ ਬਿਸਤਰ ਬਣਾ ਰੱਖੇ, ਬੋਲੋ ਤੁਹਾਡੀ ਹਾਲਤ ਅਜੀਬ ਪਈ ਲੱਗਦੀ ਹੈ। ਫਰਮਾਇਆ, ਹਾਂ ਮੈਨੂੰ ਜ਼ਹਿਰ ਮਿਲ ਗਈ ਹੈ, ਔਰ ਇਹ ਆਖਰੀ ਜ਼ਹਿਰ ਹੈ। ਪਰ ਦੀਵਾਰ ਦਾ ਸਹਾਰਾ ਲਿਆ, ਬੀਬੀ ਪੁੱਛਿਆ, ਮੌਲਾ ਹੁਸੈਨ ਨੂੰ ਦੱਸਾਂ, ਤੁਹਾਡੀਆਂ ਭੈਣਾਂ ਨੂੰ ਦੱਸਾਂ? ਫਰਮਾਇਆ, ਨਾ ਅਜਾ ਮੇਰੀਆਂ ਭੈਣਾਂ ਨੂੰ ਪਰੇਸ਼ਾਨ ਕਰਨ ਦਾ ਟਾਈਮ ਨਹੀਂ। ਨਾਨੇ ਦੀ ਮਜ਼ਾਰ 'ਤੇ ਸਲਾਮ, ਨਾਨੇ ਨਾਲ ਹਾਲ ਅਹਿਵਾਲ, ਇੱਕ ਲਫ਼ਜ਼ ਅਮਾਨਤ ਲੈ ਲਓ, ਇਸੇ ਜ਼ਮੀਨ ਛੋੜਦੇ ਸਾਂ। ਨਾਨਾ, ਮੈਨੂੰ ਆਪਣੇ ਪਹਿਲੂ ਵਿੱਚ ਖਬਰ ਦੀ ਜਾ ਦੇ, ਹਸਨ ਮੇਰੀ ਜਾਨ, ਮੇਰਾ ਲਾਲ, ਮੇਰੀ ਤਰਫੋਂ ਇਜਾਜ਼ਤ ਹੈ, ਕੋਈ ਦਫ਼ਨ ਹੋਵਣ ਦੇਵੀ ਤਾਂ ਬਿਸਮਿਲ੍ਲਾ। ਅਧਰਾਤ ਗੱਲ ਪਈ, ਘਰ ਤਸ਼ਰੀਫ ਲਿਆਏ, ਨਮਾਜ਼ ਤਹੱਜਦ, ਨਮਾਜ਼ ਫਰੀਜ਼ਾ। ਫਰਮਾਇਆ, ਹੁਣ ਮੇਰੀਆਂ ਭੈਣਾਂ ਨੂੰ ਇਤਲਾਹ ਦੇ ਜੋ ਫਿਰਾ ਲਹਜ਼ੇ ਦਾ ਮਹਿਮਾਨ। ਕਈ ਇਤਲਾਵਾਂ ਔਖੀਆਂ ਹੁੰਦੀਆਂ, ਮੁਸ਼ਕਿਲ ਹੁੰਦਾ ਹੈ, ਤਰੀਕੇ ਨਾਲ ਇਤਲਾਹ ਦਿੱਤੀ ਜਾਂਦੀ ਹੈ। ਬੀਬੀ ਆਖਿਆ, ਆਕਾ ਤੁਹਾਡਾ ਹੁਕਮ ਹੈ, ਲੇਕਿਨ ਅਗਰ ਮੋਹਲਤ ਦਿਓ, ਇਜਾਜ਼ਤ ਦਿਓ ਤਾਂ ਮੇਰਾ ਦਿਲ ਨਹੀਂ ਪਿਆ ਜੁਰਤ ਕਰੇਂਦਾ, ਮੈਂ ਕਿਵੇਂ ਅਲੀ ਦੀਆਂ ਧੀਆਂ ਨੂੰ ਮੈਂ ਦੱਸਾਂ ਜੋ ਤੁਹਾਡਾ ਵਿਆਹ ਨੂੰ ਜ਼ਹਿਰ ਮਿਲ ਗਈ। ਫਰਮਾਇਆ, ਮੇਰਾ ਕਾਸਿਮ, ਜਨਾਬ ਕਾਸਿਮ ਕਰੀਬ ਹੈ, ਛੋਟਾ ਬੱਚਾ ਹੈ ਕਾਸਿਮ, ਵਾਲਾਂ ਦੀ ਤਰਤੀਬ ਬਦਲੀ ਹੈ ਬੱਚੇ ਦੀ, ਮੇਰੇ ਬਾਲ ਦੇ ਬਟਨ ਖੋਲੇ। ਫਰਮਾਇਆ, ਅਸਤੀਨਾ ਉਲਟ, ਬੱਚੇ ਅਸਤੀਨਾ ਉਲਟੀਆਂ। ਫਰਮਾਇਆ, ਜੁੱਤੀ ਪਾ ਕੇ ਨਾ ਵੰਜੇ ਤੇ ਫੁੱਫੀ ਦੇ ਦਰਵਾਜ਼ੇ 'ਤੇ ਚੁੱਪ ਕਰਕੇ ਖੜਾ ਰਹੇ, ਆਪੇ ਸਮਝ ਰਹੀ ਸੀ ਜੋ ਮੇਰੇ ਬਿਰਾ ਨਮਾਜ਼ ਫਰੀਜ਼ਾ ਤੁਹਾਡੀ ਹੋਈ ਤਾਂ ਕਿ ਬਾਤ ਵਿੱਚ ਮਸ਼ਹੂਰ ਹੋਣਾ ਚਾਹੁੰਦੀ ਹੈ, ਇਹ ਦਰਵਾਜ਼ੇ 'ਤੇ ਬੱਚਾ ਨਜ਼ਰ ਆਇਆ। ਫਰਮਾਇਆ, ਮੇਰਾ ਕਾਸਿਮ, ਮੇਰੇ ਹਸਨ ਦਾ ਲਾਲ, ਕਾਸਿਮ ਤੇਰੀ ਨਾ ਲੈ, ਕਾਸਿਮ ਤੇਰਾ ਗਰੇਬਾਨ, ਕਾਸਿਮ ਤੇਰੀ ਆਸਤੀਨਾ, ਕਾਸਿਮ ਤੇਰੇ ਬਿਖਰੇ ਹੋਏ ਬਾਲ, ਬੱਚਾ ਨਹੀਂ ਬੋਲਦਾ। ਫਰਮਾਇਆ ਜੀ, ਅੱਛਾ ਦੱਸ, ਤੇ ਘਰੋਂ ਨਿਕਲਿਆ, ਮੇਰਾ ਵਿਆਹ ਕਿੱਥੇ ਆ? ਆਦਾ ਪੁੱਪੀ ਅੰਮਾ, ਹੋਰ ਪਤਾ ਮੈਨੂੰ ਕੋਈ ਨਹੀਂ, ਕਹਿਲੇ ਬਿਸਤਰ ਦੀ ਸੱਜੀ ਕਰਵਾ, ਕਹਿਲੇ ਬਿਸਤਰ ਦੀ ਖੱਬੀ ਕਰਵਾ, ਮੇਰਾ ਬਾਬਾ ਬਿਸਤਰ ਤੇ ਇੰਜ ਪਿਆ ਤੜਪਦਾ,
ਜਿਵੇਂ ਉੱਠਾ ਹੋਇਆ ਪਰਿੰਦਾ ਤੜਪਦਾ। ਭੈਣ ਆ ਗਈਆਂ, ਭੈਣੋ ਮੇਰੇ ਕੋਲ ਸੌਣ ਨੂੰ ਇਤਲਾ ਕਰੋ। ਮੌਲਾ ਹੁਸੈਨ ਆ ਗਏ, ਜਿਹੜੀ ਜ਼ਹਿਰ ਜ਼ਹਰਾ ਦੇ ਲਾਲ ਨੂੰ ਦਿੱਤੀਆਂ ਨੇ ਐਡੀ ਸਖਤ ਆਈ। ਐਨ ਇਮਾਮ ਨੇ ਪੁੱਛਿਆ ਕਿਹੜੀ ਸ਼ਾਇਦ ਜ਼ਹਿਰ ਆਈ, ਦੱਸਿਆ ਨੇ ਕਿਸੇ ਪਾਣੀ ਦੇ ਬਰਤਨ 'ਚ। ਇਮਾਮ ਉਠਾਇਆ, ਇਮਾਮ ਦੇ ਹੱਥ ਜੋ ਠੱਠੀ ਜ਼ਮੀਨ ਫੱਟ ਗਈ, ਇਮਾਮ ਦੇ ਹੱਥ 'ਚ ਗਿਰੇ ਜ਼ਮੀਨ ਫੱਟ ਗਈ। ਕਿਦੋਂ ਭੈਣਾ, ਕਿਦੋਂ ਭਰਾ, ਹਸਨ ਕਿਹੜਾ ਖੁਸ਼ਕਿਸਮਤ ਹੈ, ਤੈਨੂੰ ਜ਼ਹਿਰ ਮਿਲੀ ਹੈ, ਤੇਰੀਆਂ ਭੈਣਾਂ ਤੇਰੇ ਕੋਲ, ਤੇਰੇ ਭਰਾ ਤੇਰੇ ਕੋਲ, ਦਾਦੀ ਦੀਦੀ ਨੂੰ ਵੇਖਿਆ ਕੱਲਾ ਘੋੜੇ ਤੋਂ ਲੰਘਦਾ, ਆਦਾ ਮੇਰੀ ਫੌਜ ਕਿਤੇ ਗਈ ਹੈ, ਮੇਰੇ ਪੁੱਤਰ ਕਿਤੇ ਗਏ। ਸੋਹਣੀਆਂ ਵਸੀਤਾਂ, ਫਿਰ ਮੈਂ ਗਵਾਹ ਬਣ ਵੰਜੋ ਮੇਰੇ ਬਾਦ, ਹੁਸੈਨ ਤੁਹਾਡਾ ਇਮਾਮ ਹੈ, ਗਾਜ਼ੀ ਨੂੰ ਬੁਲਾਓ, ਗਾਜ਼ੀ ਮੈਂ 21 ਦੀ ਰਾਤ ਕੂਫੇ ਬੈਠਾ, ਜਦਾਂ ਮੇਰੇ ਪਿਓ ਤੁਸੀਂ ਸਾਰਿਆਂ ਨੂੰ ਆਖਿਆ ਜ਼ਹਰਾ ਦੇ ਲਾਲਾ ਦਾ ਖਿਆਲ ਕਰਿਆ, ਗਾਜ਼ੀ ਤੈਨੂੰ ਮਿੰਨਤ ਪਿਆ ਕਰੇ ਨਾ, ਮੇਰੀ ਜ਼ੈਨਬ ਦੇ ਪਰਦਿਆਂ ਦੀ ਭਾਰਤ ਹੋਈ, ਮੇਰੇ ਹੁਸੈਨ ਨੂੰ ਕੱਲਾ ਨਾ ਛੋੜੇ। ਇਮਾਮਤ ਮੁੱਕ ਗਈ ਮੇਰੀ ਮਜਲਿਸ, ਹੁਸੈਨ ਮੈਨੂੰ ਆਪ ਗੁਸਲ ਦੇਵੇ, ਸੋਹਣਾ ਕਫਨ ਪਵਾਏ, ਮੈਂ ਬਾਬੇ ਕੋ ਮੈਂ ਨਾਲੇ ਖੋਲ ਗਿਆ, ਮੈਂ ਖਬਰ ਦੀ ਜਾ ਮੰਗਾਇਆ, ਉੱਥਾਂ ਹੀ ਮੇਰੀ ਖਬਰ ਬਣਾਏ, ਮੇਰਾ ਜਨਾਜ਼ਾ ਲੈ ਵੰਨੀ, ਤੇ ਯਾਦ ਰੱਖ ਕੋਈ ਦਫਨ ਹੋਵਣ ਦੇਵੇ ਤਾਂ ਕਰੇ ਜਾ, ਜੇ ਕੋਈ ਨਾ ਦਫਨ ਹੋਵਣ ਦੇਵੇ ਜੰਗ ਨਹੀਂ ਕਰਨੀ, ਤਲਵਾਰ ਨਹੀਂ ਚਾਵਣੀ, ਇੱਥੇ ਸਾਡੇ ਬਾਬੇ ਵੀ ਤਲਵਾਰ ਨਹੀਂ ਚਾਹੀ, ਮੈਨੂੰ ਅੰਮਾ ਦੇ ਕੋਲ ਦਫਨ ਚ ਕਰੇ, ਮੈਂ ਅੰਮਾ ਕੋਲ ਸੰਭਲ ਸਾ, ਇੰਨਾ ਲਿਲਾ ਵਾ ਇੰਨਾ ਇਲੇ ਰਾਜਿਓਲ। ਖਬਰ ਤਿਆਰ ਹੋਣ ਲੱਗ ਪਈ, ਕੁਛ ਲੋਕ ਆਏ ਪੁੱਛਿਆ ਕਹਿੰਦੀ ਖਬਰ ਹੈ, ਉਹਨਾਂ ਆਖਿਆ ਮੌਲਾ ਹਸਨ ਦੀ ਅੱਜ ਇੱਥੇ ਕਿਉਂ ਦਫਨਾਈਂਦੇ ਹੋ, ਬੰਦ ਕਰੋ ਖਬਰ। ਖਬਰ ਖੱਟਣ ਵਾਲੇ ਆਖਿਆ ਸਾਨੂੰ ਰੋਕੇ ਤਾਂ ਹੁਸੈਨ ਆਪਸ, ਤੁਸਾਂ ਕਿਉਂ ਰੋਕੇਂਦੇ ਹੋ। ਖਬਰ ਬਣ ਗਈ, ਬੈਣਾ ਸੋਹਣਾ ਕਫਨ ਭਿਜਵਾਇਆ, ਕਫਨ ਹੋ ਗਿਆ, ਜਨਾਜ਼ਾ ਚੜਿਆ, ਆਪ ਸਮਝਦਾਰ ਬੈਠੇ ਹੋ, ਜਦੋਂ ਜਨਾਜ਼ੇ ਨਿਕਲਦੇ ਨੇ ਭੈਣਾਂ ਨਾਲ ਦਰਵਾਜ਼ੇ ਦਈਆਂ ਦੀਆਂ, ਅਲੀ ਦੀਆਂ ਧੀਆਂ ਫਿਰਾਂ ਦੇ ਜਨਾਜ਼ੇ ਦੇ ਨਾਲ ਨਾਲ ਲੱਗੀਆਂ ਆਈਆਂ। ਕੋਈ ਜਨਾਜ਼ਾ ਦੱਸੇ ਜਿਹੜਾ ਕਬਰਿਸਤਾਨ ਚੋਂ ਵਾਪਸ ਆਇਆ ਹੋਵੇ, ਕਹਿ ਗਰੀਬ ਤੋਂ ਗਰੀਬ ਦਾ ਜਨਾਜ਼ਾ ਕਬਰਿਸਤਾਨ ਚੋਂ ਵਾਪਸ ਨਹੀਂ ਆਉਂਦਾ। ਭੈਣਾਂ ਦਰਵਾਜ਼ੇ 'ਤੇ ਰੁਕ ਗਈਆਂ, ਇਦੋਂ ਸ਼ਬੀਰ ਜਨਾਜ਼ਾ ਲੈ ਕੇ ਆਏ, ਉਦੋਂ ਫੌਜ ਨੂੰ ਸਵਾਰੀਆਂ ਅਤੇ ਫੌਜ ਨਿਕਲੀ ਹੈ, ਹੁਸੈਨ ਫਿਰਾਂ ਦਾ ਜਨਾਜ਼ਾ ਰੱਖਿਆ ਹੈ। ਮੇਰੀ ਨਗਰੀ ਜੰਗਲ ਵਿੱਚ ਅਜਾ ਲਫ਼ਜ਼ ਨੈਣ ਮੁੱਕਰੀਆਂ, ਲੋਕਾਂ ਗੋਡੀਆਂ ਲਾਈਆਂ, ਕਮਾਣਾ ਕੜਕੀਆਂ, 400 ਕਮਾਣ ਕੜਕੀਏ, ਕਈ ਫਿਰਾ ਚਲੈਂਦੇ ਰਹੇ, ਕਈ ਰਹਿ ਗਏ 72 ਤੀਰ ਗਰੀਬ ਦੇ ਜਨਾਜ਼ੇ ਚ ਲੱਗੇ, ਇਹਨੂੰ 72 ਤੀਰ ਲੱਗਾ, ਉਦੋਂ ਗਾਜ਼ੀ ਆਪਣੇ ਘਰ ਦੌੜਿਆ, ਦੌੜ ਕੇ ਆਇਆ, ਅੱਜ ਭੈਣਾਂ ਦਾ ਸਲਾਮ ਨਹੀਂ ਕਰ ਸਕਿਆ, ਬਾਬਾ ਨੂੰ ਆਖਦਾ ਮੈਨੂੰ ਤਲਵਾਰ ਦੇ, ਬਾਬਾ ਆਖਿਆ ਕੀ ਕਰੇ ਮੈਂ, ਆਖਦਾ ਮੈਂ ਵੀ ਜੀਤਾ ਹਾਂ, ਅਤੇ ਮੇਰੇ ਭਰਾ ਦੇ ਜਨਾਜ਼ੇ 'ਤੇ ਤੀਰ ਲੱਗ ਗਏ, ਮੈਂ ਪੁੱਛਣਾ ਕੌਣ, ਮੈਂ ਪੁੱਛਣਾ ਕੌਣ, ਬਸ ਆਖਰੀ ਲਫ਼ਜ਼, ਆਖਰੀ ਲਫ਼ਜ਼ ਇਹ ਸਮਝ ਗਏ, ਉਹ ਬਿਸਤਰ ਤੇ ਰੋਸੇ, ਗਾਜ਼ੀ ਦੇ ਹੱਥ 'ਚ ਤਲਵਾਰ ਆਈ, ਗਾਜ਼ੀ ਦੌੜਿਆ, ਇਹ ਜੂ ਹੀ ਆਪਣੇ ਦਰਵਾਜ਼ੇ 'ਚੋਂ ਨਿਕਲਿਆ, ਭੈਣ ਪੁੱਛਿਆ ਤਲਵਾਰ ਲੈ ਕੇ ਕਿਹਦੇ ਵੇਲੇ, ਅੱਜ ਨਾ ਰੋਕ ਬਸ ਜਦਾਂ ਰੁਕੇ ਸਿਰ ਰੁਕੋ।